ਜੀ ਵੈਲਕਮ ਜੀ ਕੀ ਹਾਲ ਚੱਲ ਸਾਰਿਆਂ ਦਾ ਚੜ੍ਹਦੀ ਕਲਾ ਦੇ ਵਿੱਚ ਠੀਕ ਠਾਕ ਸੋ Let me see everything is running well everything is good to go yes perfect ਸੋ ਬਾਕੀ ਜੇ ਕਿਸੇ ਵੀਰਪਰਾ ਦਾ ਕੋਈ ਹੋਇਆ ਜੀ ਕੁਐਸਚਨ ਤੇ ਕਮੈਂਟ ਦੇ ਵਿੱਚ ਪੁੱਛ ਸਕਦੇ ਹੋ ਤੇ ਗੱਲਬਾਤ ਕਰਦੇ ਹਾਂ ਜੀ ਨੈਕਸਟ ਵੀਕ ਦੇ ਬਾਰੇ ਨੈਕਸਟ ਵੀਕ ਦੇ ਵਿੱਚ ਮਾਰਕੀਟ ਦੇ ਵਿੱਚ ਕੀ ਹੋਣ ਜਾ ਰਿਹਾ ਕਿਧਰ ਨੂੰ ਜਾ ਰਹੀ ਹੈ ਮਾਰਕੀਟ ਕੀ ਐਕਸਪੈਕਟ ਕਰ ਰਹੇ ਆ ਕਿਉਂ ਐਕਸਪੈਕਟ ਕਰ ਰਹੇ ਆ ਕਿਹੜੇ ਸਟਾਕ ਨੇ ਕਿੱਥੋਂ ਟ੍ਰੇਡ ਕਰਨ ਬਾਰੇ ਸੋਚਦੇ ਆ ਕਿੱਥੋਂ ਬਾਏ ਕਰਨੇ ਆ ਕਿੱਥੋਂ ਕਰਨੇ ਆ ਸ਼ਾਰਟ ਠੀਕ ਹੈ ਨਾਲ ਦੀ ਨਾਲ ਇੰਟਰਸਟ ਰੇਟ ਹਾਈ ਹੋਣੀ ਆ ਉਹਦੇ ਬਾਰੇ ਥੋੜੀ ਜੀ ਡਿਸਕਸ਼ਨ ਕਰਾਂਗੇ ਸੋ ਵੈਲਕਮ ਫਰਸਟ ਆਫ ਆਲ ਸਾਰਿਆਂ ਦਾ ਹੋਪਫੁਲੀ ਤੁਹਾਡਾ ਵੀਕਐਂਡ ਗਿਆ ਹੋਣਾ ਵਧੀਆ ਇੰਜੋਏ ਕੀਤਾ ਹੋਊਗਾ ਤੇ ਟ੍ਰਾਂਟੋ ਵੱਲ ਤੇ ਪੈ ਗਈ स्ਨੋ ਤੁਹਾਡਾ ਸਨੋਸ ਨੂੰ ਚੱਕਦਿਆਂ ਟਾਈਮ ਲੰਘ ਗਿਆ ਹੁਣ ਸੋ ਐਡਮਿੰਟਨ ਸਾਡਾ ਥੋੜਾ ਜਿਹਾ ਵਿਚਾਰਿਆ ਮੈਨੂੰ ਲੱਗਦਾ ਸ਼ੁੱਕਰਵਾਰ ਮਾੜੀ ਜਿਹੀ ਪਈ ਸੀ ਫਿਰ ਸੈਟ ਆ ਬਾਅਦ ਦੇ ਵਿੱਚ ਸੋ ਬਾਕੀ ਜਗ੍ਹਾ ਤੇ ਹੋਫਫਲੀ ਵਧੀਆ ਰਿਹਾ ਹੋਵੇ ਬੀਸੀ ਵਾਲਿਆਂ ਨੇ ਵੀ ਤੇ ਯੂਐਸਏ ਵਾਲਿਆਂ ਨੇ ਵੀ ਇੰਜੋਏ ਕੀਤਾ ਹੋਣਾ ਵਾ ਈਮੂ ਪੈਗੇ ਹੋਣੇ ਆ ਦੋ ਚਾਰ ਪਰ ਉਹਦਾ ਕੋਈ ਚੱਕਰ ਨਹੀਂ ਸੋ ਗੱਲਬਾਤ ਕਰਦੇ ਆ ਕਿਧਰ ਨੂੰ ਜਾਣੀ ਆ ਮਾਰਕੀਟ ਸੋ lets look at what is coming up in this week ਸੋ ਇਸ ਵੀਕ ਦੇ ਵਿੱਚ ਕੀ ਆ ਜੀ ਅਰਨਿੰਗਸ ਆ ਰਹੀਆਂ ਨੇ ਸੋ 357 ਕੰਪਨੀਆਂ ਦੀ ਅਰਨਿੰਗ ਆਉਣੀ ਆ ਸੋ this is biggest week for earning ਜੇ ਆਪਾਂ ਕਹਿ ਸਕਦੇ ਆ ਸੋ 357 ਕੰਪਨੀਆਂਸ ਦੀ ਅਰਨਿੰਗ ਆਉਣੀ ਆ ਨੇ ਉਹਦੇ ਵਿੱਚੋਂ ਜਿਹੜੀਆਂ ਮੇਨ ਮੇਨ ਨੇ ਉਹਨਾਂ ਬਾਰੇ ਥੋੜੀ ਜੀ ਗੱਲਬਾਤ ਕਰਾਂਗੇ ਉਹਨਾਂ ਤੇ ਟੱਚ ਕਰਦੇ ਆ ਸੋ ਮੇਨ ਦੇ ਵਿੱਚ ਐਮਾਜ਼ਾਨ ਐਮਾਜ਼ਾਨ ਤੋਂ ਬਾਅਦ ਆ ਜਾਂਦੀ ਹੈ ਜੀ ਮੈਟਾ ਫੇਸਬੁੱਕ ਦੇ ਨਾਮ ਨਾਲ ਜਿਹਨੂੰ ਆਪਾਂ ਜਾਣਦੇ ਹਾਂ ਗੂਗਲ ਆ ਜਾਂਦੀ ਹੈ ਸਪਾਈ ਦੇ ਬਾਰੇ ਗੱਲਬਾਤ ਕਰਾਂਗੇ ਕਿ ਮਾਰਕੀਟ ਕਿਧਰ ਨੂੰ ਜਾ ਸਕਦੀ ਹੈ ਤੇ ਇੱਕ ਛੋਟਾ ਜਿਹਾ ਸਟਾਕ ਹੈ EOLS ਉਹਦੇ ਬਾਰੇ ਥੋੜੀ ਜਿਹੀ ਡਿਸਕਸ਼ਨ ਕਰ ਸਕਦੇ ਹਾਂ ਸੋ EOLS ਦਾ ਤੁਹਾਨੂੰ ਮੈਂ ਇੱਥੇ ਹੀ ਦੱਸ ਦੇਣਾ ਅੱਗੇ ਜਾਣ ਤੋਂ ਪਹਿਲਾਂ ULS ਇੱਕ ਡਰੱਗ ਬਣਾਉਣ ਵਾਲੀ ਦਵਾਈਆਂ ਵਾਲੀ ਕੰਪਨੀ ਆ ਇਹਨਾਂ ਦੀ ਪੋਜ਼ਿਟਿਵ ਨਿਊਜ਼ ਆਈ ਆ ਫਰਾਈਡੇ ਨੂੰ ਸੌਰੀ ਸੈਟਰਡੇ ਨੂੰ ਸੋ ਸੈਟਰਡੇ ਨੂੰ ਪੋਜ਼ਿਟਿਵ ਨਿਊਜ਼ ਆਈ ਆ ਉਹਦੇ ਕਰਕੇ ਥੋੜੀ ਜੀ ਕੱਲ ਸ਼ਾਇਦ ਪ੍ਰੀ ਮਾਰਕੀਟ ਦੇ ਵਿੱਚ ਹਾਈਪ ਬਣੇ ਇੱਕ ਪੈਨੀ ਸਟਾਕ ਆ ਇਹਨੂੰ ਥੋੜਾ ਜਿਹਾ ਵਾਚ ਕਰਿਓ ਮਾਰਨਿੰਗ ਦੇ ਵਿੱਚ ਜੇ ਆਪਣੇ ਹੱਥ ਲੱਗਦਾ ਕਿਸੇ ਏਰੀਏ ਤੋਂ ਤੇ ਇੱਥੋਂ ਟ੍ਰੇਡ ਕਰਨ ਬਾਰੇ ਦੇਖ ਸਕਦੇ ਹੋ ਯੂ ਐਲ ਐਸ ਨੂੰ ਬਾਕੀ ਫਾਈਜ਼ਰ ਵਗੈਰਾ ਵਾ ਉਹਨਾਂ ਦਾ ਵੀ ਸ਼ਾਇਦ ਕੁਝ ਨਾ ਕੁਝ ਹੋਵੇ ਕਿਉਂਕਿ ਉਹਨਾਂ ਨੇ ਆਪਣੀ ਐਪਲੀਕੇਸ਼ਨ ਵਗੈਰਾ ਸਬਮਿਟ ਕਰਨੀ ਸੀ ਅੱਜ ਸੋ ਸ਼ਾਇਦ ਉਹਦਾ ਕੋਈ ਨਾ ਕੋਈ ਰਿਜ਼ਲਟ ਆਵੇ ਸੋ ਉਹਨੂੰ ਤੁਸੀਂ ਵਾਚ ਕਰ ਸਕਦੇ ਹੋ ਯੂ ਐਲ ਐਸ ਫਾਈਜ਼ਰ ਨੂੰ ਸੋ ਨੈਕਸਟ ਆ ਜੀ ਇੰਟਰਸਟ ਰੇਟ ਹਾਈਕ ਸੋ ਨੈਕਸਟ ਇੰਟਰਸਟ ਰੇਟ ਹਾਈ ਕਰ ਰਹੀ ਹੈ ਕਿੰਨੀ ਤਰੀਕ ਨੂੰ ਫਰਵਰੀ 1 ਨੂੰ ਕਿੰਨੇ ਵਜੇ 2 ਵਜੇ 1 ਫਰਵਰੀ 2 ਵਜੇ ਕਿਹੜੇ ਟਾਈਮ ਟੋਰਾਂਟੋ ਟਾਈਮ ਸੋ ਟੋਰਾਂਟੋ ਟਾਈਮ ਜਾਂ ਨਿਊਯਾਰਕ ਟਾਈਮ ਦੀ ਆਪਾਂ ਗੱਲ ਕਰ ਲਈਏ ਤਾਂ 2 ਵਜੇ ਇੰਟਰਸਟ ਰੇਟ ਹਾਈਕ ਆਉਣੀ ਹੈ ਹੁਣ ਜੇ ਮਾਰਕੀਟ ਦੀ ਗੱਲਬਾਤ ਕਰਦੇ ਆਪਾਂ ਤੇ ਮਾਰਕੀਟ ਪ੍ਰਾਈਸ ਇਨ ਕਰ ਰਹੀ ਹੈ 0.2.5% ਇੰਟਰਸਟ ਰੇਟ ਹਾਈਕ ਜਾਨਕਿ ਕੁਆਟਰ ਆਫ ਅ ਪਰਸੈਂਟੇਜ ਪ੍ਰਾਈਸ ਇਨ ਕਰਨ ਦਾ ਕੀ ਮਤਲਬ ਆ ਕਿ ਜਿਹੜੇ ਐਨਾਲਿਸਟ ਆ ਜਾਂ ਟਰੇਡਰ ਆ ਜਾਂ ਇਨਵੈਸਟਰ ਆ ਉਹ ਐਕਸਪੈਕਟ ਕਰ ਰਹੇ ਆ ਕਿ ਫੈਡ ਜਿਹੜੀ ਆ ਇਸ ਵਾਰ 0.2 0.5 0.25% ਇੰਟਰਸਟ ਰੇਟ ਹਾਈਕ ਕਰੂਗੀ ਹੁਣ ਕਰਦੀ ਕਿੰਨੀ ਆ ਇਹ ਆਪਾਂ ਨੂੰ ਫਰਵਰੀ 1 ਨੂੰ ਹੀ ਪਤਾ ਲੱਗਣਾ 2 ਵਜੇ ਹੁਣ ਪਰ ਜੇ ਉਹ 0.25% ਕਰਦੀ ਆ ਉਹਦੇ ਨਾਲ ਕੀ ਆ ਕਿ ਮਾਰਕੀਟ ਦੇ ਇਦਾਂ ਹੀ ਰੈਲੀ ਦੇ ਵਿੱਚ ਰਹਿਣ ਦੇ ਜਾਂ ਉੱਪਰ ਜਾਣ ਦੇ ਚਾਂਸ ਕਾਫੀ ਜ਼ਿਆਦੇ ਨੇ ਪਰ ਜਸਟ ਇਨ ਕੇਸ ਜਸਟ ਇਨ ਕੇਸ ਉਹ 0.5% ਕਰ ਸਕਦੀ ਆ ਜਾਨੀ ਕਿ ਅੱਧਾ ਪੁਆਇੰਟ ਵਧਾ ਦਿੰਦੇ ਆ ਜਿਹੜੀ ਕਿ ਇਟ ਸ਼ੁੱਡ ਬੀ ਔਨ ਦਾ ਟੇਬਲ ਮੇਬੀ ਉਹ ਕਰਦੇ ਨੇ ਸ਼ਾਇਦ ਜੇ ਉਹ ਚੀਜ਼ ਹੋ ਜਾਂਦੀ ਆ ਫਿਰ ਮਾਰਕੀਟ ਦੇ ਥੱਲੇ ਡਿੱਗਣ ਦੇ ਕਾਫੀ ਜ਼ਿਆਦਾ ਚਾਂਸ ਆ ਕਿਉਂਕਿ ਟਰੇਡਰ ਜਿਹੜੇ ਨੇ ਰਾਈਟ ਨੋ ਉਹ ਕੁਆਟਰ ਆਫ ਅ ਪਰਸੈਂਟੇਜ ਐਕਸਪੈਕਟ ਕਰ ਰਹੇ ਨੇ ਮਾਰਕੀਟ ਵੀ ਜਿਹੜੀ ਆ ਜੇ ਆਪਾਂ ਦੇਖੀਏ ਤਾਂ ਕਾਫੀ ਉੱਪਰ ਗਈ ਆ ਚਾੜ ਤੇ ਆਪਾਂ ਥੋੜੀ ਜਿਹੀ ਉੱਤੇ ਟੱਚ ਗੱਲ ਕਰਾਂਗੇ ਸੋ ਉਹ ਚੀਜ਼ ਆਲਰੇਡੀ ਪ੍ਰਾਈਸ ਇਨ ਆ ਹੁਣ ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਕਿ ਫਰਵਰੀ 2 ਨੂੰ ਕੀ ਹੁੰਦਾ ਆ ਨਾਲ ਦੀ ਨਾਲ ਮਾਰਕੀਟ ਦੇ ਵਿੱਚ ਕੀ ਐਕਸਪੈਕਟੇਸ਼ਨ ਆ ਕਿ ਕੱਲ ਨੂੰ ਸ਼ਾਇਦ ਮਾਰਕੀਟ 'ਚ ਥੋੜੀ ਜਿਹੀ ਹ ਤੇ ਲੋਕਾਂ ਨੇ ਕੀ ਕਰਨਾ ਕਿ ਆਪਣੇ ਪ੍ਰੋਫਿਟ ਟੇਕ ਕਰਨੇ ਆ ਜਿੰਨੇ ਕੁ ਵੀ ਬਣਾਏ ਆ ਸੋ ਦੇ ਜਸਟ ਵਾਂਟ ਟੂ ਸਿਟ ਆਊਟਸਾਈਡ ਕਿ ਜਦੋਂ ਕੋਈ ਇਵੈਂਟ ਆਉਂਦਾ ਆ ਤੇ ਉਦੋਂ ਦੇਖੋ ਕੀ ਹੁੰਦਾ ਉੱਥੇ ਠੀਕ ਹੈ ਉਸ ਤੋਂ ਬਾਅਦ ਜੰਪ ਬੈਕ ਇਨ ਕਰਨਗੇ ਆਪਾਂ ਕਹਿ ਸਕਦੇ ਆ ਕਿ ਥਰਸਡੇ ਨੂੰ ਕਿਉਂਕਿ ਵੈਨਸਡੇ ਨੂੰ ਇੰਟਰਸਟ ਰੇਟ ਹਾਈ ਆ ਕਉਣੀ ਆ ਸੋ ਕੱਲ ਨੂੰ ਜਾਂ ਪਰਸੋ ਨੂੰ ਮਾਰਕੀਟ ਦੇ ਥੋੜਾ ਜਿਹਾ ਆਪਾਂ ਨੂੰ ਪੂਲ ਬੈਕ ਦੇ ਚਾਂਸ ਹੈਗੇ ਨੇ ਇਹ ਐਕਸਪੈਕਟੇਸ਼ਨ ਆਪਣੀ ਹੋਣਾ ਜਾਂ ਨਹੀਂ ਹੋਣਾ ਇਹ ਤੇ ਆਪਾਂ ਨੂੰ ਮੌਕੇ ਤੇ ਪਤਾ ਲੱਗੂਗਾ ਪਰ ਇਹ ਐਕਸਪੈਕਟੇਸ਼ਨ ਆ ਕਿ ਜਿਨ੍ਹਾਂ ਨੇ ਪਿਛਲੇ 2 ਹਫ਼ਤੇ ਤੋਂ ਬਾਇ ਇਨ ਕੀਤਾ ਆ ਤੇ ਉਹ ਸ਼ਾਇਦ ਪ੍ਰੋਫਿਟ ਕੱਢਣਾ ਸ਼ੁਰੂ ਕਰਨ ਤੇ ਪ੍ਰੋਫਿਟ ਕੱਢ ਕੇ ਮਾਰਕੀਟ ਥੋੜੀ ਜਿਹੀ ਪੁੱਲ ਬੈਕ ਕਰੇ ਕੁਝ ਜਿਆਦਾ ਨਹੀਂ ਆਪਾਂ ਡੰਪ ਨਹੀਂ ਕਹਿ ਸਕਦੇ ਪਰ ਥੋੜੀ ਜਿਹੀ ਪੁੱਲ ਬੈਕ ਦੇ ਚਾਂਸ ਹੈਗੇ ਨੇ ਸੋ ਆ ਹੈਗੀਆਂ ਜੀ ਅਰਨਿੰਗ ਵਿਸਪਰ ਤੇ ਜਾ ਕੇ ਤੁਸੀਂ ਵੈਬਸਾਈਟ ਆ ਉੱਥੋਂ ਡਾਊਨਲੋਡ ਕਰ ਸਕਦੇ ਹੋ ਸਾਰੀਆਂ ਕੰਪਨੀਆਂ ਦੀ ਅਰਨਿੰਗਸ ਆਉਣੀਆਂ ਬਾਕੀ ਗਰੁੱਪ ਦੇ ਵਿੱਚ ਸ਼ਾਇਦ ਮੈਂ ਸ਼ੇਅਰ ਕੀਤਾ ਹੀ ਆ ਇਹ ਵਾਲਾ ਜੇ ਨਹੀਂ ਕੀਤਾ ਤਾਂ ਮੈਂ ਕਰ ਦੇਣਾ ਲਾਈਵ ਤੋਂ ਬਾਅਦ ਸੋ ਮੰਡੇ ਨੂੰ ਕਿਹੜੀਆਂ ਅਰਨਿੰਗ ਆਉਣੀਆਂ ਟਿਊਜ਼ਡੇ ਨੂੰ ਈਐਮਡੀ ਵਗੈਰਾ ਜਾਂ ਸਨੈਪਚੈਟ ਆ ਯੂਪੀਐਸ ਆ ਫਾਈਜ਼ਰ ਆ ਇਹ ਮੇਨ ਕੰਪਨੀਆਂ ਨੇ ਮੈਕਡੋਨਲ ਵੈਂਸਡੇ ਨੂੰ ਮੈਟਾ ਆ ਸੋ ਇਹ ਮੇਨ ਆ ਇਹਦੇ ਵਿੱਚ ਜਾਂ ਯੂਐਸ ਤੇ ਵਿੱਚ ਟੀ ਮੋਬਾਈਲ ਆ ਪੈਲੇਟਾਨ ਆ ਇਹ ਕੁਝ ਨਾ ਕੁਝ ਕਰ ਸਕਦੀ ਕਾਫੀ ਹਲਚਲ ਹੁੰਦੀ ਆ ਜਦੋਂ ਇਹਦੀ ਅਰਨਿੰਗ ਆਉਂਦੀ ਆ ਇਹਨੂੰ ਦੇਖ ਸਕਦੇ ਆ ਥਰਸਡੇ ਨੂੰ ਐਮਾਜ਼ਾਨ ਆ ਐਪਲ ਆ ਅਲਫਾਬੇਟਾ ਗੂਗਲ ਆ ਫੂਡ ਦੀ ਅਰਨਿੰਗ ਆਉਣੀ ਆ ਸੋ ਬਾਕੀ ਜੇ ਕੁਝ ਖਾਸ ਹੋਵੇ ਦਵਾਈਆਂ ਦਵਾਈਆਂ ਵਾਲੀਆਂ ਕੰਪਨੀਆਂ ਇਹ ਫਰਾਈਡੇ ਨੂੰ ਵੀ ਦਵਾਈਆਂ ਵਾਲੀਆਂ ਕੰਪਨੀਆਂ ਜਾਂ ਜਿਆਦਾ ਬਾਕੀ ਕੁਝ ਖਾਸ ਨਹੀਂ ਹੈਗਾ ਸੋ ਇਹ ਸਾਰੀਆਂ ਅਰਨਿੰਗਸ ਆ ਰਹੀਆਂ ਨੇ ਸੋ ਇਹਦਾ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਜੇ ਨਹੀਂ ਆ ਤਾਂ ਮੈਂ ਗਰੁੱਪ ਦੇ ਵਿੱਚ ਮੈਂਸ਼ਨ ਕਰ ਹੀ ਦੇਣਾ ਜੇ ਗਰੁੱਪ ਦੇ ਵਿੱਚ ਤੁਸੀਂ ਨਹੀਂ ਹੈਗੇ ਤੇ ਆਪਣਾ ਟੈਲੀਗ੍ਰਾਮ ਦਾ ਗਰੁੱਪ ਆ ਜਿਹੜਾ ਉਹਦਾ ਲਿੰਕ ਹੈ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਹੈਗਾ ਉੱਥੇ ਜਾ ਕੇ ਤੁਸੀਂ ਜੁਆਇਨ ਕਰ ਸਕਦੇ ਹੋ ਨੈਕਸਟ ਆਪਾਂ ਦੇਖਦੇ ਹਾਂ ਜੀ ਥਿਸ ਵਨ ਸੋ ਆਈ ਏਮ ਵੈਰੀ ਵੈਰੀ ਐਕਸਾਈਟਡ ਅਬਾਊਟ ਥਿਸ ਸੋ ਨੈਕਸਟ 5 ਦਿਨ ਆਪਾਂ ਸੋ ਕੱਲ ਤੋਂ ਸ਼ੁਰੂ ਹੋ ਜਾਣਾ ਜੀ ਮੰਡੇ ਟੂ ਫਰਾਈਡੇ ਤੱਕ ਸ਼ਾਮਾਂ ਤੱਕ ਸ਼ਾਮਾਂ ਨਹੀਂ ਫਰਾਈਡੇ ਤੱਕ ਆਪਾਂ ਅਰਨਿੰਗਸ ਵੀਕ ਸੌਰੀ ਲਰਨਿੰਗ ਵੀਕ ਕਰਨਾ ਅਰਨਿੰਗ ਵੀਕ ਨਹੀਂ ਅਰਨਿੰਗ ਵੀਕ ਵੀ ਆ ਲਰਨਿੰਗ ਵੀਕ ਆ ਸੋ ਟੀਚਿੰਗ ਵੀਕ ਆ ਆਪਾਂ ਕਹਿ ਸਕਦੇ ਆ ਉਹਦੇ ਵਿੱਚ ਕੀ ਆ ਕਿ ਐਵਰੀ ਡੇ ਮੈਂ ਜਿਹੜੇ ਲਾਈਵ ਸਟ੍ਰੀਮ ਕਰਦਾ ਉਹਦੇ ਨਾਲ ਆਪਾਂ ਟਰੇਡਿੰਗ ਤੇ ਕਰਨੀ ਕਰਨੀ ਆ ਪਰ ਟਰੇਡਿੰਗ ਤੋਂ ਬਾਅਦ ਜਦੋਂ ਆਪਾਂ ਚਲੋ ਟਰੇਡ ਰੂਡ ਕਰਕੇ ਡਨ ਹੋ ਗਏ ਉਦੋਂ ਟੀਚਿੰਗ ਤੇ ਫੋਕਸ ਕਰਿਆ ਕਰਨਾ ਆਪਾਂ ਲਾਇਆ ਕਰਾਂਗੇ ਅੱਧਾ ਪੌਣਾ ਘੰਟਾ ਕਿਸੇ ਨਾ ਕਿਸੇ ਇੱਕ ਟਾਪਿਕ ਨੂੰ ਚੂਜ਼ ਕਰਕੇ ਸੋ ਉੱਥੇ ਜੇ ਤੇ ਤੁਸੀਂ ਆਲਰੇਡੀ stocktalkforyou.com ਤੇ ਸਬਸਕ੍ਰਾਈਬ ਕੀਤਾ ਹੋਇਆ ਲਾਈਵ ਸਟ੍ਰੀਮ ਨੂੰ ਤੇ ਤੁਸੀਂ ਉੱਥੇ ਜੁਆਇਨ ਕਰ ਸਕਦੇ ਹੋ ਐਵਰੀ ਡੇ ਤੇ ਤੁਹਾਨੂੰ ਇੱਕ ਤਰ੍ਹਾਂ ਦੀ ਆਪਾਂ ਕਹਿ ਸਕਦੇ ਆ ਕਿ ਸਬਸਕ੍ਰਿਪਸ਼ਨ ਦੇ ਨਾਲ ਫ੍ਰੀ ਲਰਨਿੰਗ ਪਰ ਜੇ ਨਹੀਂ ਕੀਤਾ ਜੇ ਤੇ ਤੁਸੀਂ ਲਰਨ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਉੱਥੇ ਜਾ ਕੇ ਸਬਸਕ੍ਰਾਈਬ ਕਰ ਸਕਦੇ ਹੋ ਤੇ ਉਹ ਆਪਣੀ ਕੱਲ ਨੂੰ ਲਰਨਿੰਗ ਸਟਾਰਟ ਹੋਊਗੀ ਸੋ ਵੀਕ ਦੇ ਵਿੱਚ ਸਾਰਾ ਤੇ ਨਹੀਂ ਪਰ ਤੁਸੀਂ ਕਾਫੀ ਕੁਝ ਸਿੱਖੋਗੇ ਜਿਹਦੇ ਵਿੱਚ ਆਪਾਂ ਚਾਰਟਸ ਬਾਰੇ ਗੱਲ ਕਰਾਂਗੇ ਇੰਡੀਕੇਟਰਸ ਬਾਰੇ ਸਟਾਕਸ ਬਾਰੇ ਆਪਸ਼ਨਾਂ ਬਾਰੇ ਸੋ ਰੋਜ਼ ਇੱਕ ਨਾ ਇੱਕ ਟਾਪਿਕ ਚੂਜ਼ ਕਰਕੇ ਤੇ ਉਹਦੀ ਡੈਪਥ ਦੇ ਵਿੱਚ ਜਾ ਕੇ ਗੱਲਬਾਤ ਕਰਨੀ ਹੈ ਸੋ ਆਈ ਏਮ ਵੈਰੀ ਵੈਰੀ ਐਕਸਾਈਟਡ ਅਬਾਊਟ ਦਿਸ ਹੋਪਫੁਲੀ ਯੂ ਆਰ ਟੂ ਸੋ ਨੈਕਸਟ ਚੱਲ ਕੇ ਚੱਲਦੇ ਹਾਂ ਜੀ ਆਪਾਂ ਚਾਰਟਸ ਦੇ ਉੱਪਰ ਕਿ ਚਾਰਟ ਕੀ ਕਹਿੰਦੇ ਨੇ so let's get ready and let's get going about charts so de chart de bare aapan gall baat kariye ji sab to pehla dekhde ha google ton hi shuru kar lende ha sab to pehla market de vich jidda main hun telegram de vich message paya si ki market de vich ki ho reha that is very very interesting so daily candle wala chart kholya tusi aap hi dekhna tusi kehna haan ji eh cheez ho rahi hai so sare stock na apni kafi strong resistance nu touch karke te friday thalle aaye hoye ne jeh aa dekhiye apna google ਇਜ਼ੀ ਸਟਰੋਂਗ ਰੈਜ਼ਿਸਟੈਂਸ ਬਿਲਕੁਲ ਨੇੜੇ ਹੀ ਆ 100 ਡਾਲਰ ਤੇ ਆ 102 ਡਾਲਰ ਤੋਂ ਡਿੱਗਣ ਦੇ ਕਾਫੀ ਜ਼ਿਆਦਾ ਚਾਂਸ ਹੈਗੇ ਨੇ ਹੁਣ ਇਹਦੀ ਅਰਨਿੰਗ ਵੀ ਆ ਥੋੜਾ ਜਿਹਾ ਇਹਨੂੰ ਮੈਂ ਇੱਥੇ ਟੱਚ ਕਰ ਲੈਣਾ ਹੀ ਸਭ ਤੋਂ ਪਹਿਲਾਂ ਤੇ ਚਲੋ ਜੇ ਅਰਨਿੰਗ ਵਧੀਆ ਆਉਂਦੀ ਆ ਤਾਂ 102 ਡਾਲਰ ਨੂੰ ਕ੍ਰੋਸ ਕਰਦਾ ਜਸਟ ਇਨ ਕੇਸ ਤੇ ਫਿਰ 102 ਡਾਲਰ ਨੂੰ ਇਹ ਆਪਣੀ ਸਪੋਰਟ ਬਣਾਉਂਗਾ ਤੇ ਉਸ ਤੋਂ ਬਾਅਦ ਨੈਕਸਟ ਲੈਗ ਅੱਪ ਜਾਣ ਦੇ ਚਾਂਸ ਹੈਗੇ ਆ ਸੋ 102 ਡਾਲਰ 50% ਤੇ ਆਪਾਂ ਬੇਸਿਕਲੀ ਬਾਏ ਇਨ ਕਰ ਸਕਦੇ ਹਾਂ ਜੇ ਅਰਨਿੰਗ ਆਉਂਦੀ ਉਸ ਤੋਂ ਬਾਅਦ ਇੱਥੇ ਇੱਕ ਖੜਦਾ ਇੱਕ ਵਾਰੀ ਪੂਲ ਬੈਕ ਹੁੰਦੀ ਪਰ ਜੇ ਕੱਲ ਦੇ ਵਿੱਚ ਜਾਂ ਪਰਸੋਂ ਦੇ ਵਿੱਚ ਇੱਕ ਵਾਰੀ ਡਿੱਗਦਾ ਅਰਨਿੰਗ ਆਉਣ ਤੋਂ ਪਹਿਲਾਂ ਕਿਉਂਕਿ ਇਹਨਾਂ ਦੀ ਅਰਨਿੰਗ ਆਈ ਥਿੰਕ ਥਰਸਡੇ ਨੂੰ ਆ ਸੋ ਉਹ ਤੋਂ ਆਉਣ ਤੋਂ ਪਹਿਲਾਂ ਡਿੱਗਦਾ ਆ ਤੇ ਆਹ ਵਾਲਾ ਇੱਕ ਰੈਜ਼ਿਸਟੈਂਸ ਹੈਗਾ ਹੈ ਜਿੱਥੋਂ ਟੱਚ ਕਰਕੇ ਇਹਦੇ ਡਿੱਗਣ ਦੇ ਕਾਫੀ ਜ਼ਿਆਦਾ ਚਾਂਸ ਨੇ ਸੋ ਇਹ ਸਾਰੇ ਜਿਹੜੇ ਰੈਜ਼ਿਸਟੈਂਸ ਆ ਬਲੂ ਚਿਪ ਸਟਾਕਾਂ ਦੇ ਇਹਨੂੰ ਸੁੱਟਣਗੇ ਉਹੀ ਆਪਾਂ ਚੀਜ਼ ਮੈਂ ਦੇਖ ਰਿਹਾ ਸੀ ਕਾਫੀ ਇੰਟਰਸਟਿੰਗ ਹੈ ਕਿ ਇੱਥੋਂ ਟੱਚ ਕਰਕੇ ਇਹ ਥੱਲੇ ਡਿੱਗਣ ਦੇ ਇਹਦੇ ਚਾਂਸ ਹੈਗੇ ਨੇ ਉਸ ਤੋਂ ਬਾਅਦ ਜੇ ਆਪਾਂ ਜਾਣਦੇ ਆ Amazon ਤੇ ਸੋ Amazon ਦੀ ਜੇ ਗੱਲਬਾਤ ਕਰਦੇ ਆ ਸੇਮ ਥਿੰਗ ਇਜ਼ ਹੈਪਨਿੰਗ ਵਿਦ Amazon ਐਗਜੈਕਟ ਸੇਮ ਥਿੰਗ ਕਿ ਐਮਾਜ਼ਨ ਵੀ ਆਪਣੇ ਪੂਰੇ ਰੈਜ਼ਿਸਟੈਂਸ ਦੇ ਨੇੜੇ ਆਲਮੋਸਟ ਉਹਨੂੰ ਟੱਚ ਕਰਕੇ ਹੀ ਜੇ ਆਪਾਂ ਦੇਖੀਏ ਇੱਥੋਂ ਤੇ ਥੱਲੇ ਡਿੱਗਾ 11383 ਤੋਂ ਜਾਨੀ ਕਿ ਸਾਰੇ ਜਿਹੜੇ ਬਲੂ ਚਿਪ ਸਟਾਕ ਆ ਜਾਂ ਤੇ ਇਹਨਾਂ ਨੂੰ ਇਹ ਆਪਣੇ ਕਾਲਰ ਰੈਜ਼ਿਸਟੈਂਸ ਮਾਰਨਿੰਗ ਦੇ ਵਿੱਚ ਤੋੜਨੇ ਪੈਣੇ ਆ ਤੇ ਫਿਰ ਨੈਕਸਟ ਲੈਗ ਆਪਾਂ ਆਪਾਂ ਐਕਸਪੈਕਟ ਕਰ ਸਕਦੇ ਹਾਂ ਪਰ ਜੇ ਨਹੀਂ ਤੋੜਦੇ ਮੰਨ ਲਓ ਜਿਹੜਾ ਗੂਗਲ ਆ ਜਿਹੜਾ ਤੁਹਾਨੂੰ ਮੈ ਰੈਜ਼ਿਸਟੈਂਸ ਘਾਇਆ ਉੱਥੋਂ ਡਿੱਗ ਜਾਂਦਾ ਐਮਾਜ਼ਨ ਜਿੱਥੋਂ ਆਲਰੇਡੀ ਡਿੱਗਿਆ ਇਹਨੂੰ ਨਹੀਂ ਤੋੜ ਪਾਉਂਦਾ ਫਿਰ ਮਾਰਕੀਟ ਦੇ ਆਪਣੇ ਪੂਲ ਬੈਕ ਦੇ ਕਾਫ ਇਤੋਂ ਇੱਕ ਹੈਲਦੀ ਪੁੱਲ ਬੈਕ ਜਿੱਦਾਂ ਇੱਥੇ ਦੇਖੀਏ ਕਿ Amazon ਕਾਫੀ ਉੱਪ ਗਿਆ ਸੀ 2-3 ਦਿਨ ਬਾਅਦ ਦੇ ਵਿੱਚ ਥੱਲੇ ਡਿੱਗਣਾ ਸ਼ੁਰੂ ਹੋਇਆ ਇਤੋਂ ਸੋ ਮੇਬੀ ਸੇਮ ਥਿੰਗ ਵੀ ਕੈਨ ਐਕਸਪੈਕਟ ਹੇਅਰ ਸੋ ਕਾਫੀ ਬਲੂ ਚਿਪਰ ਸਟਾਕਾਂ ਦੇ ਵਿੱਚ ਹੋ ਰਿਹਾ ਸੋ ਨੈਕਸਟ ਨੈਕਸਟ ਦੇ ਵਿੱਚ ਜਾ ਕੇ ਆਪਾਂ ਦੇਖਦੇ ਹਾਂ Meta ਦੇ ਵਿੱਚ ਵਾਟ ਇਜ਼ ਡੂਇੰਗ ਵਾਟ ਇਜ਼ ਹੈਪਨਿੰਗ ਵਿਦ Meta ਸੋ so, Meta ਦੇ ਨਾਲ ਵੀ ਆਲਮੋਸਟ ਸੇਮ ਜੀ ਸਿਚੁਏਸ਼ਨ ਹੈ ਜੀ ਸੋ Meta ਦਾ ਜਿਹੜਾ ਨੈਕਸਟ ਰੈਜ਼ਿਸਟੈਂਸ ਆ ਸੋ ਥਿਸ ਇਜ਼ ਦ ਵਨ ਸੋ ਬਿਲਕੁਲ ਉਹਦੇ ਨੇੜੇ ਪਹੁੰਚਿਆ ਹੋਇਆ 155 ਦੇ ਨੇੜੇ ਸੋ ਉਹਨੋ ਇੱਕ ਸਪੋਰਟ ਬਣੀ ਆ ਸਪੋਰਟ ਬਣੀ ਆ ਸਪੋਰਟ ਬਣੀ ਆ ਸਪੋਰਟ ਬਣੀ ਆ ਕਾਫੀ ਸਟਰੋਂਗ ਆ ਟੱਚ ਕਰਕੇ ਥੱਲੇ ਦੇਖ ਸਕਦਾ ਸੋ ਜੇ ਆਪਾਂ ਮਾਰਕੀਟ ਦੇਖਦੇ ਆ ਓਵਰਆਲ ਤਾਂ ਜਿਹੜੇ ਬਲੂ ਚਿਪ ਸਟਾਕ ਹਨ ਉਹ ਦੇਖੀ ਜੇ ਕਿਉਂਕਿ ਬਲੂ ਚਿਪ ਸਟਾਕਾਂ ਨੇ ਆਪਣੀ ਮਾਰਕੀਟ ਅੱਗੇ ਚੱਕ ਕੇ ਲੈ ਕੇ ਜਾਣੀ ਹੁੰਦੀ ਆ ਸੋ ਹੂ ਇਜ਼ ਰਨਿੰਗ ਸਪਾਈ ਮਾਰਕੀਟ ਨੂੰ ਕੌਣ ਰਨ ਕਰ ਰਿਹਾ ਇਹ ਵੱਡੇ ਸਟਾਕ ਵੱਡੀਆਂ ਕੰਪਨੀਆਂ ਸੋ ਇਹ ਸਾਰੀਆਂ ਆਪਣੀਆਂ ਕਾਫੀ ਸਟਰੋਂਗ ਰੈਜ਼ਿਸਟੈਂਸ ਤੇ ਪਹੁੰਚੀਆਂ ਹੋਈਆਂ ਸੋ ਇੱਥੇ ਮੇਰੀ ਆਸ ਆ ਕਿ ਸ਼ਾਇਦ ਜੇ ਇਹ ਸਾਰੇ ਇਹਨਾਂ ਨੂੰ ਟੱਚ ਕਰ ਕਰਕੇ ਡਿੱਗਦੇ ਆ ਤੇ ਆਪਾਂ ਨੂੰ ਇੱਕ ਕਾਫੀ ਵਧੀਆ ਇਥੇ ਪੁੱਲ ਬੈਕ ਮਿਲ ਸਕਦੀ ਹੈ ਜਿਹੜਾ ਸ਼ਾਰਟ ਕਰਨਾ ਜਿੰਨੇ ਆ ਉਹ ਕਰ ਸਕਦਾ ਆ ਸੋ ਉਹ ਚੀਜ਼ ਆਪਾਂ ਇਥੇ ਮੈਟਾ ਦੇ ਵਿੱਚ ਵੀ 익ਸਪੈਕਟ ਕਰ ਰਹੇ ਆ ਇਹਨਾਂ ਦੇ ਵੀ ਅਰਨਿੰਗ ਆ 155 ਨੂੰ ਜੇ ਬ੍ਰੇਕ ਕਰ ਜਾਂਦਾ ਜਸਟ ਇਨ ਕੇਸ ਦੈਨ ਇਟ ਮੇ ਗੋ ਰਾਈਟ ਹੇਅਰ ਸੋ 170 80 ਤੱਕ ਜਾਣ ਦੇ ਚਾਂਸ ਆ ਜੇ ਵਧੀਆ ਅਰਨਿੰਗ ਆਉਂਦੀ ਆ ਤੇ ਜੇ ਨਹੀਂ ਆਉਂਦੀ ਫਿਰ ਇਥੋਂ ਥੱਲੇ ਡਿੱਗ ਸਕਦਾ ਸੋ ਇਹ ਚੀਜ਼ ਨੂੰ ਵਾਚ ਕਰਨਾ ਕਾਫੀ ਵਧੀਆ ਸਟਰੋਂਗ ਲੈਵਲ ਬਣੇ ਹੋਏ ਨੇ ਉਸ ਤੋਂ ਬਾਅਦ ਆ ਗਿਆ ਜੀ ਆਪਾਂ ਐਪਲ ਵੀ ਕਿੱਥੇ ਆ ਰਿਹਾ ਆਪਣੀ ਸਟਰੋਂਗਰ ਰੈਜ਼ਿਸਟੈਂਸ ਤੇ ਕਿਹੜਾ ਆ 200 ਮੀਗੋਹਮ ਐਵਰੇਜ ਸੋ ਇੱਥੇ ਟੱਚ ਕਰਕੇ ਡਿੱਗਾ ਉਸ ਤੋਂ ਬਾਅਦ ਥੱਲੇ ਹੀ ਸੀ ਇੱਥੇ ਉਹਦੇ ক্লোਜ਼ ਆ ਰਿਹਾ ਹੋਪਫੁਲੀ ਸ਼ਾਇਦ ਉਹਨੂੰ ਟੱਚ ਕਰਕੇ ਡਿੱਗੇ ਜਿਹੜੀ 200 ਮੀਗੋਹਮ ਐਵਰੇਜ ਐਪਲ ਦੀ ਆ ਰਹੀ ਹੈ ਜੀ 148 ਡਾਲਰ ਤੇ 25 ਕੇ ਸੈਂਟ ਤੇ ਸ਼ਾਇਦ ਇਹ ਵੀ ਐਪਲ ਆ ਉੱਥੇ ਟੱਚ ਕਰਕੇ ਤੇ ਇੱਥੋਂ ਥੱਲੇ ਡਿੱਗੇ ਸੋ ਤੁਸੀਂ ਆਪ ਹੀ ਦੇਖ ਲੈਣਾ ਕਿ ਹਾਂਜੀ ਕਾਫੀ ਸਟਾਕ ਜਿਹੜੇ ਨੇ ਰੈਜ਼ਿਸਟੈਂਸ ਤੇ ਨੇ ਸਟਰੋਂਗ ਰੈਜ਼ਿਸਟੈਂਸ ਤੇ ਨੇ ਤੇ ਇੱਥੋਂ ਥੱਲੇ ਡਿੱਗਣ ਦੀ ਇਹਨਾਂ ਦੀ ਆਸ ਹੈਗੀ ਆ ਸੋ ਇਸ ਕਰਕੇ ਥੋੜਾ ਧਿਆਨ ਦੇ ਨਾਲ ਕੱਲ ਮਾਰਕੀਟ ਦੇ ਵਿੱਚ ਆਪਾਂ ਦੇਖਾਂਗੇ ਮਾਰਨਿੰਗ ਦੇ ਵਿੱਚ ਹੋ ਸਕਦਾ ਇੱਕ ਪੰਪ ਜਿਹਾ ਹੋਵੇ ਪਰ ਜੇ ਇਹ ਲੈਵਲ ਤੇ ਜਾਂਦੇ ਆਪਾਂ ਅਲਰਟ ਲਾ ਲੈਣੇ ਆ ਮੈਂ ਸਾਰੇ ਲਾਈਵ ਤੋਂ ਬਾਅਦ ਸੋ ਜੇ ਇਸ ਲੈਵਲ ਤੇ ਜਾਂਦੇ ਆ ਸਟਾਕ ਇੱਥੋਂ ਡਿੱਗਨੇ ਸ਼ੁਰੂ ਹੁੰਦੇ ਆ ਸਾਰੇ ਤੇ ਮੈਨੂੰ ਪਤਾ ਕਿ ਹਾਂਜੀ ਥਿਸ ਇਜ਼ ਅ ਗ੍ਰੇਟ ਓਪਰਚ्युनिटी ਟੂ ਗੋ ਇਨ ਪੁੱਟ ਜਾਂ ਆਪਸ਼ਨਾਂ ਦੇ ਵਿੱਚ ਤੇ ਜੇ ਸ਼ਾਰਟ ਵਗੈਰਾ ਕਰਨਾ ਚਾਹੇ ਤੁਸੀਂ ਸਟਾਕ ਤਾਂ ਸ਼ਾਰਟ ਕਰ ਸਕਦੇ ਹੋ ਨੈਕਸਟ ਆਪਾਂ ਗੱਲ ਕਰਦੇ ਆ ਸਪਾਈ ਦੀ ਸੋ ਵਾਟ ਇਜ਼ ਹੈਪਨਿੰਗ ਵਿਦ ਸਪਾਈ ਸੋ ਸਪਾਈ ਦੀ ਜੇ ਤੁਸੀਂ ਆਪਣਾ ਲਾਸਟ ਲਾਈਵ ਵਾਚ ਕੀਤਾ ਸੀ ਸੋ ਦਿਸ ਇਜ਼ ਵਾਟ ਵੀ ਟਾਕਡ ਅਬਾਊਟ ਕਿ ਸਪਾਈ ਆ ਆ ਚੀਜ਼ ਬਣਾ ਰਿਹਾ ਜਿਹਨੂੰ ਆਪਾਂ ਕਹਿ ਦਿੰਨੇ ਆ ਸਮੈਟ੍ਰਿਕਲ ਟ੍ਰਾਇੰਗਲ ਸੋ ਇਹ ਤੁਸੀਂ ਦੇਖੋਗੇ ਤੁਹਾਨੂੰ ਰਿਮਾਈਂਡ ਹੋ ਜਾਣਾ ਜੇ ਤੁਸੀਂ ਲਾਸਟ ਲਾਈਵ ਵਾਚ ਕੀਤਾ ਹੈ ਕਿ ਹਾਂਜੀ ਆਪਾਂ ਸੇਮ ਚੀਜ਼ ਬਾਰੇ ਗੱਲਬਾਤ ਕੀਤੀ ਸੀ ਇੱਥੋਂ ਥੱਲੇੋਂ ਉੱਪਰ ਜਾ ਰਿਹਾ ਸੀ ਸੋ ਸਪਾਈ ਕੀ ਬਣਾ ਰਿਹਾ ਸੀ ਆਹ ਵਾਲੀ ਸਮੈਟ੍ਰਿਕਲ ਟ੍ਰਾਇੰਗਲ ਤੇ ਇਹਦੀ ਆਪਾਂ ਕੀ ਕਨਵਰਸੇਸ਼ਨ ਕੀਤੀ ਸੀ ਕਿ ਇਹ ਇੱਕ ਪਾਸੇ ਨੂੰ ਤੋੜਨਾ ਚਾਹੀਦਾ ਆਹ ਵਾਲੀ ਲਾਈਨ ਨੂੰ ਜੇ ਤੇ ਉੱਪਰ ਨੂੰ ਤੋੜਤਾ ਤੇ ਉੱਪਰ ਨੂੰ ਹਾਈਪਰ ਬਣ ਜਾਣੀ ਆ ਥੱਲੇ ਨੂੰ ਤੋੜਤਾ ਥੱਲੇ ਨੂੰ ਹਾਈਪਰ ਬਣ ਜਾਣੀ ਆ ਤੇ ਕਿਧਰ ਨੂੰ ਤੋੜਿਆ ਲਾਸਟ ਵੀਕ ਦੇ ਵਿੱਚ ਉੱਪਰ ਨੂੰ ਹੁਣ ਉੱਪਰ ਨੂੰ ਤੋੜਨ ਕਰਕੇ ਉਹਦੀ ਹਾਈਪ ਕਿਧਰ ਨੂੰ ਬਣ ਗਈ ਉੱਪਰ ਨੂੰ ਬਣ ਗਈ ਤੇ ਕਾਫੀ ਸਪੀਡ ਦੇ ਵਿੱਚ ਗਿਆ ਵਾਪਸ ਹੁਣ ਇਹਦੇ ਵਿੱਚ ਆਪਾਂ ਕੀ ਐਕਸਪੈਕਟ ਕਰਨਾ ਕਿ ਜਸਟ ਇਨ ਕੇਸ ਸਪਾਈ ਡਿਗਦਾ ਤੇ ਸਪਾਈ ਡਿਗਣ ਵਾਲਾ ਕਿਹੜਾ ਲੈਵਲ ਆ ਜਿਹੜਾ ਆਪਾਂ ਕੱਲ ਗਰੁੱਪ ਦੇ ਵਿੱਚ ਵੀ ਡਿਸਕਸ ਕਰ ਰਹੇ ਸੀ ਉਹ ਹੈਗਾ ਜੀ 410 ਵਾਲਾ A ਵਾਲਾ ਸੋ ਇਹ ਵਾਲੀ ਜਗ੍ਹਾ ਤੋਂ ਜੇ ਸਪਾਈ ਡਿਗਦਾ ਤੇ ਜਸਟ ਇਨ ਕੇਸ ਜਾ ਕੇ ਏ ਦੇ ਥੱਲੇ ਆਉਂਦਾ ਤੇ ਇਹ ਵਾਲੀ ਲਾਈਨ ਤੇ ਆਪਾਂ ਦੇਖਣਾ ਕਿ ਖੜਦਾ ਜਾਂ ਨਹੀਂ ਸੋ ਜਾਨੀ ਕਿ 397 50 396 ਤੇ ਆਣ ਕੇ ਖੜਨਾ ਚਾਹੀਦਾ ਉਸ ਤੋਂ ਜੇ ਥੱਲੇ ਆ ਜਾਂਦਾ ਫਿਰ ਨੈਕਸਟ ਮੂਵਿੰਗ ਐਵਰੇਜ ਆ 395 ਤੇ ਪਰ ਜਸਟ ਇਨ ਕੇਸ ਇੱਥੇ ਜਾਂਦਾ ਆ ਸੋ ਦਿਸ ਇਜ਼ ਵਾਟ ਵਾਟ ਵੀ ਆਰ ਐਕਸਪੈਕਟਿੰਗ ਸਪਾਈ ਨੇ ਜਾਣਾ ਇੱਥੇ ਐਪਲ ਨੇ ਜਾਣਾ 200 ਦੇ ਮੂਵਿੰਗ ਐਵਰੇਜ ਤੇ ਗੂਗਲ ਨੇ ਆਪਣੀ ਇਹ ਲਾਈਨ ਦੇ ਨੇੜੇ Amazon ਨੇ ਇਸ ਲਾਈਨ ਦੇ ਨੇੜੇ ਸੋ ਜੇ ਸਾਰੇ ਸੇਮ ਟਾਈਮ ਤੇ ਇਹਨੂੰ ਟੱਚ ਕਰਕੇ ਦੇ ਰਿਜੈਕਟ ਹੁੰਦੇ ਆ ਮਾਰਕੀਟ ਵਿਦ ਲੰਬ ਸੋ ਉਹ ਚੀਜ਼ ਆਪਾਂ ਐਕਸਪੈਕਟ ਕਰ ਰਹੇ ਆ ਕੱਲ ਦੇਖਦੇ ਆ ਕੱਲ ਨੂੰ ਹੁੰਦੀ ਆ ਜਾਂ ਪਰਸੋਂ ਨੂੰ ਹੁੰਦੀ ਆ ਕਦੋਂ ਹੁੰਦੀ ਆ ਮਾਰਕੀਟ ਦੇ ਵਿੱਚ ਸੋ ਕਾਫੀ ਸਟਰੋਂਗ ਰੈਜ਼ਿਸਟੈਂਸ ਮਾਰਕੀਟ ਦਾ ਬਣਿਆ ਹੋਇਆ ਸਟਾਕਾਂ ਦਾ ਬਣਿਆ ਹੋਇਆ ਥਿਸ ਇਜ਼ ਵੈਰੀ ਗੁੱਡ ਆਪਾਂ ਨੂੰ ਥੋੜਾ ਜਿਹਾ ਕੌਨਫੀਡੈਂਸ ਦੇ ਸਕਦਾ ਪਰ ਜੇ ਸਾਰਿਆਂ ਨੇ ਇਹਨੂੰ ਤੋੜ ਦਿੱਤਾ ਮੰਨ ਲਓ ਸਪਾਈ ਵੀ ਇਹਨੂੰ ਤੋੜ ਦਿੰਦਾ ਵਾ Google Apple Amazon ਸਾਰੇ ਆਪਣੀਆਂ ਰੈਜ਼ਿਸਟੈਂਸਾਂ ਨੂੰ ਤੋੜ ਦਿੰਦੇ ਆ ਫਿਰ ਆਪਾਂ ਨੂੰ ਪਤਾ ਆ ਕਿ ਹਾਂਜੀ ਮਾਰਕ ਸੋ ਨੈਕਸਟ ਵੀਕ ਦੇ ਵਿੱਚ ਉਹੀ ਹੈ ਕਿ ਜੇ ਇੰਟਰਸਟ ਰੇਟ ਹਾਈਕ ਵੀ ਪੁਆਇੰਟ 2.5% ਆਉਂਦੀ ਹੈ ਤੇ ਉਸ ਤੋਂ ਬਾਅਦ ਮਾਰਕੀਟ ਸਟਿਲ ਅਪ ਅਪ ਜਾਂਦੀ ਰਹਿੰਦੀ ਆ ਤੇ ਫਿਰ ਕਾਫੀ ਹਾਈਪ ਵਧਿਆ ਆਉਣ ਦੇ ਆਸ ਨੇ ਕਿ ਸ਼ਾਇਦ ਮਾਰਕੀਟ 200 ਸੌਰੀ 425 30 ਤੱਕ ਚਲ ਜੇ ਵਾਪਸ ਸੋ ਇਹ ਚੀਜ਼ ਆਪਾਂ ਐਕਸਪੈਕਟ ਕਰ ਰਹੇ ਹਾਂ ਸੋ ਇਸ ਦੇ ਹਿਸਾਬ ਨਾਲ ਹੀ ਤੁਸੀਂ ਟ੍ਰੇਡ ਕਰਨਾ ਆ ਸੋ ਇਹ ਵਾਲੇ ਰੈਜ਼ਿਸਟੈਂਸ ਨੂੰ ਦੇਖ ਕੇ ਸਟਾਕਾਂ ਦੇ ਰੈਜ਼ਿਸਟੈਂਸ ਨੂੰ ਦੇਖ ਕੇ ਠੀਕ ਹੈ ਸੋ ਨਾਲ ਦੀ ਨਾਲ ਜਿਹੜੀ ਆਉਣੀ ਆ ਇੰਟਰਸਟ ਰੇਟ ਹਾਈਕ ਪਰ ਉਸ ਤੋਂ ਬਾਅਦ ਫਿਊਚਰ ਦੀ ਕੀ ਪ੍ਰੋਜੈਕਸ਼ਨ ਕਰਦੇ ਆ ਉਹ ਵੀ ਆਪਾਂ ਜਿਹੜੀ ਆ ਪ੍ਰੈਸ ਕ ਜੇ ਰਮਪਾਲ ਦੀ ਹੋਣੀ ਹੈ ਉਹਨੂੰ ਧਿਆਨ ਦੇ ਨਾਲ ਵਾਚ ਕਰਨਾ ਜਿਹੜੀ ਕਿ 2:30 ਵਜੇ ਸਟਾਰਟ ਹੁੰਦੀ ਹੈ ਟੋਰਾਂਟੋ ਟਾਈਮ ਨਿਊਯਾਰਕ ਟਾਈਮ ਆ ਫ फेब्रुवारी 1 ਨੂੰ ਸੋ ਉਦھر ਆਪਾਂ ਉਹਨੂੰ ਵੀ ਵਾਚ ਕਰਾਂਗੇ ਉਸ ਟਾਈਮ ਤੇ ਆਪਾਂ ਆਪਣੀ ਵੈਬਸਾਈਟ ਤੇ ਲਾਈਵ ਟਰੇਡ ਵੀ ਕਰਾਂਗੇ ਜੇ ਤੁਸੀਂ ਲਾਈਵ ਸਬਸਕ੍ਰਿਪਸ਼ਨ ਲਈ ਹੋਈ ਹੈ ਟਰੇਡ ਕਰ ਸਕਦੇ ਹੋ ਆਣ ਕੇ ਸੋ ਉਹ ਸਾਰੀਆਂ ਚੀਜ਼ਾਂ ਆਪਾਂ ਉਸ ਦਿਨ ਕਰਾਂਗੇ ਸੋ ਗੁੱਡ ਲੱਕ ਬਾਕੀ ਇਹੀ ਆ ਮਾਰਨਿੰਗ ਦੇ ਵਿੱਚ ਮਿਲਦੇ ਆ ਸਾਰਿਆਂ ਨੂੰ ਜੀ ਧਿਆਨ ਦੇ ਨਾਲ ਟਰੇਡ ਕਰਨਾ ਜੇ ਤੁਸੀਂ ਨਵੇਂ ਹੋ ਤੇ ਜੇ ਕੋਈ ਕੁਐਸਚਨ ਆ ਲਾਈਵ ਤੇ ਸੋ ਵੀਰ ਉਹਨਾਂ ਦਾ ਕੁਐਸਚਨ ਆਇਆ ਸੀ ਬੈਸਟ ਐਪ ਫਾਰ ਇੰਟਰਾਡੇ ਟ੍ਰੇਡਿੰਗ ਭਾਜੀ ਸੋ ਪੱਡਾ ਭਾਜੀ ਮੈਨੂੰ ਮਾੜਾ ਜਿਹਾ ਕੰਟਰੀ ਦੱਸਿਓ ਜੇ ਤੇ ਤੁਸੀਂ ਕੈਨੇਡਾ ਦੇ ਵਿੱਚ ਹੋ ਤੇ ਕੈਨੇਡਾ ਦੇ ਵਿੱਚ ਇੰਟਰਐਕਟਿਵ ਬ੍ਰੋਕਰ ਆ ਜਿਹੜਾ ਆਪਾਂ ਯੂਜ਼ ਕਰਦੇ ਆ ਸੋ IBKR ਇਹਨੂੰ ਤੁਸੀਂ ਯੂਜ਼ ਕਰ ਸਕਦੇ ਹੋ ਸੋ ਲੈਟ ਮੀ ਬ੍ਰਿੰਗ ਥੈਟ ਅਪ ਰਾਈਟ ਹੇਅਰ ਆ ਵਾਲੀ ਜੀ ਸੋ ਇੰਟਰਐਕਟਿਵ ਬ੍ਰੋਕਰ ਆ ਇਹ ਤੋਂ ਤੁਸੀਂ ਟ੍ਰੇਡ ਕਰ ਸਕਦੇ ਹੋ ਪਰ ਜੇ ਤੁਸੀਂ ਯੂਐਸ ਦੇ ਵਿੱਚ ਵਿਬਲ ਵਗੈਰਾ ਵਧੀਆ ਐਪ ਆ ਉੱਥੋਂ ਟ੍ਰੇਡ ਕਰ ਸਕਦੇ ਹੋ ਉੱਤੇ ਪਲੈਟਫਾਰਮ ਵਧੀਆ ਉੱਤੇ ਤੁਸੀਂ ਡੇਟ ਟ੍ਰੇਡਿੰਗ ਕਰ ਸਕਦੇ ਹੋ ਪਰ ਕੈਨੇਡਾ ਦੇ ਵਿੱਚ ਦਿਸ ਇਜ਼ ਆਈ ਥਿੰਕ ਇਹਨੂੰ ਮਾਈ ਆਪੀਨੀਅਨ ਵਨ ਆਫ ਦੀ ਬੈਸਟ ਬਾਕੀ ਤੁਸੀਂ ਇਹਨਾਂ ਦੇ ਥੋੜਾ ਜਿਹਾ ਪ੍ਰਾਈਸਿੰਗ ਵਗੈਰਾ ਕੰਪੇਅਰ ਕਰ ਲੈਣੀ ਹੈ ਜੇ ਤੁਹਾਨੂੰ ਹੋਰ ਕੋਈ ਐਪ ਜੇ ਤੁਸੀਂ ਯੂਜ਼ ਕਰ ਰਹੇ ਹੋ ਤੇ ਉਹਨਾਂ ਦੇ ਨਾਲ ਇਹ ਸਾਰੀਆਂ ਚੀਜ਼ਾਂ ਤੁਸੀਂ ਕਰ ਸਕਦੇ ਹੋ ਬਾਕੀ ਸਾਰਿਆਂ ਨੂੰ ਗੁੱਡ ਲੱਕ ਜੀ ਕੱਲ ਨੂੰ ਸਵੇਰੇ ਮਿਲਦੇ ਆ ਸੋ 9 ਵਜੇ ਆਪਾਂ ਕਰਨਾ ਲਾਈਵ ਸਟ੍ਰੀਮ ਸਟਾਰਟ ਸੋ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਉੱਥੇ ਮਿਲਦੇ ਆ ਬਾਕੀ ਜਿਨ੍ਹਾਂ ਨੇ ਨਹੀਂ ਆਪਾਂ ਟੈਲੀਗ੍ਰਾਮ ਤੇ 9:20 ਤੇ ਈਸਟਰਨ ਟਾਈਮ ਟੋਰਾਂਟੋ ਟਾਈਮ ਕਾਲ ਕਰਦੇ ਹੁੰਦੇ ਆ ਉੱਥੇ ਗਰੁੱਪ ਜੁਆਇਨ ਕਰਕੇ ਉਹਨੂੰ ਜੁਆਇਨ ਕਰ ਸਕਦੇ ਹੋ ਤੇ ਐਂਡ ਆਫ ਦਾ ਡੇ ਜੇ ਤੁਸੀਂ ਮੇਰਾ ਲਾਈਵ ਵਾਚ ਕਰਦੇ ਹੋ ਤੇ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਜੇ ਕੋਈ ਕੁਐਸਚਨ ਆ ਕਮੈਂਟ ਦੇ ਵਿੱਚ ਪੁੱਛ ਲਿਓ ਆਈ ਵਿਲ ਟ੍ਰਾਈ ਟੂ ਅਨਸਰ ਤੇ ਬਾਕੀ ਨਾਲ ਜੁੜੇ ਰਹਿੰਦੇ ਇਹੀ ਹੈ ਕਿ ਸਬਸਕ੍ਰਾਈਬ ਕਰ ਲਓ ਗੈਂਡ ਯੂ ਕੈਨ ਇੰਜੋਏ ਅਦਰ ਕੰਟੈਂਟ ਕੱਲ ਮੈਂ ਵੀਡੀਓ ਪਾਈ ਸੀ ਪਰਸੋਂ ਨੂੰ ਆਪਣੇ ਟਾਈਮ ਫਰੇਮ ਤੇ ਕੈਂਡਲ ਸਟਿਕ ਕਿੱਦਾਂ ਚੂਜ਼ ਕਰਨੀਆਂ ਕਿਹੜੀਆਂ ਚੂਜ਼ ਕਰਨੀਆਂ ਉਹਨੂੰ ਵਾਚ ਕਰ ਲਿਓ ਕਾਫੀ ਕੁਝ ਲਰਨ ਕਰਨ ਨੂੰ ਮਿਲੂਗਾ ਸੋ ਗੁੱਡ ਲੱਕ ਟੇਕ ਕੇਅਰ ਹੈਵ ਅ ਗੁੱਡ ਨਾਈਟ